ਅੱਜ ਮੈਨੂੰ ਦੁੱਖ ਹੋ ਰਿਹਾ ਕਿ ਇਹ ਯੂਨੀਵਰਸਿਟੀ ਪੈਸੇ ਪੈਸੇ ਫੈਸੇ ਨੂੰ ਤਰਸ ਰਹੀ ਹੈ ਤੇ ਵਾਈਸ ਚਾਂਸਲਰ ਨੂੰ ਇਹ ਫਿਕਰ ਰਹਿੰਦਾ ਕਿ ਅਗਲੇ ਮਹੀਨੇ ਦੀ ਤਨਖਾਹ ਕਿਵੇਂ ਦੇਣੀ ਹੈ ਪੈਨਸ਼ਨ ਕਿਵੇਂ ਦੇਣੀ ਹੈ ਇਲੈਕਸ਼ਨੋਂ ਤਾਂ ਪਹਿਲਾਂ ਸੀਐਮ ਚੰਨੀ ਇੱਥੇ ਆਉਂਦੇ ਨੇ ਉਹ 150 ਕਰੋੜ ਕਹਿੰਦੇ ਅਸੀਂ ਕਰਜ਼ਾ ਸਰਕਾਰ ਲੈ ਲੂਗੀ ਅੱਜ ਤੱਕ ਕੁਝ ਨਹੀਂ ਹੋਇਆ ਉਹ ਕਹਿ ਰਹੇ ਸੀ ਕਿ 99 ਕਰੋੜ ਦੀ ਜਿਹੜੀ ਮੰਥਲੀ ਗ੍ਰਾਂਟ ਆ ਉਹਨੂੰ ਵਧਾ ਕੇ 20 ਕਰੋੜ ਕਰ ਦਾਂਗੇ ਅੱਜ ਤੱਕ ਕੁਝ ਨਹੀਂ ਹੋਇਆ ਭਗਵੰਤ ਮਾਨ ਜੀ ਵੀ ਕੋਈ ਹਫਤਾ 10 ਦਿਨ ਪਹਿਲਾਂ ਆ ਕੇ ਇੱਥੇ ਗਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਡੁੱਬਣ ਨਹੀਂ ਦੇਵਾਂਗੇ ਅੱਛੀ ਗੱਲ ਆ ਨਾ ਡੁੱਬਣ ਦੇਣ ਪਰ ਇਹ ਗੱਲ ਕੈਨਡਲ ਹੀ ਨਾ ਹੋਣੀ ਤੁਸੀਂ ਉਹਨੂੰ ਡੁੱਬਣ ਤੋਂ ਬਚਾਉਣ ਲਈ ਇਹ ਤਾਂ ਆਲਰੇਡੀ ਗਲ-ਗਲ ਪਾਣੀ ਚੜਿਆ ਹੋਇਆ ਤੁਸੀਂ ਉਹਨੂੰ ਡੁੱਬਣ ਤੋਂ ਬਚਾਉਣ ਲਈ ਕੁਝ ਫੌਰੀ ਕੋਸ਼ਿਸ਼ਾਂ ਕਰੋ ਅੱਗ ਬੁਝਾਉਣ ਵਾਲੀਆਂ ਕੋਸ਼ਿਸ਼ਾਂ ਕਰੋ ਐਦਾਂ ਨਹੀਂ ਹੈ ਕਿ ਅਨਾਊਂਸਮੈਂਟ ਕਰਕੇ ਤੇ ਫਿਰ ਬੈਠ ਜਰੋ ਰਹਿਣਾ ਇਹ ਜਿਹੜੀ ਯੂਨੀਵਰਸਿਟੀ ਹੈ ਸਾਹਿਬ ਇਹ ਪੰਜਾਬੀ ਦੇ ਵਿਕਾਸ ਦਾ ਪੰਜਾਬ ਵਿੱਚ ਦੁਨੀਆ ਵਿੱਚ ਧੁਰਾ ਹੈ ਔਰ ਪੰਜਾਬੀ ਦੇ ਨਾਤੇ ਲੈਂਗੁਏਜ ਦੇ ਨਾਤੇ ਸੰਸਾਰ ਕੀ ਦੂਜੀ ਯੂਨੀਵਰਸਿਟੀ ਹੈ ਵੀ ਹੈਬਰੀ ਹੈਬਰ ਤੋਂ ਬਾਅਦ ਔਰ ਇਹ ਮਾਲਵੇ ਦੀ ਤੇ ਖਾਸ ਕਰਕੇ ਪਿੰਡੂ ਕਿਤੇ ਨੂੰ ਬਹੁਤ ਜਿਹੜਾ ਇਹ ਇਹ ਪੜਾਉਣ 'ਚ ਇਹਨਾਂ ਦਾ ਯੋਗਦਾਨ ਹੈ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਜਿਹੜਾ ਸੀਐਮ ਸਾਹਿਬ ਨੇ ਇਹ ਵੀ ਮਾਲਵੇ ਦੇ ਕਿਤੇ ਚ ਪੰਜਾਬੀ ਯੂਨੀਵਰਸਿਟੀ ਦੇ ਕਿਸੇ ਕਾਲਜ 'ਚ ਪੜੇ ਹੋਣਗੇ ਤੇ ਮੈਨੂੰ ਲੱਗਦਾ ਕਿ ਇਹ ਇਹਨਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਡੁੱਬਣ ਤੋਂ ਬਚਾਇਆ ਜਾਵੇ ਤੇ ਨਾ ਕੇਵਲ ਇੱਥੇ ਇਹ ਜਿਹੜਾ ਪਿਛਲਾ ਕਰਜ਼ਾ ਉਹਨੂੰ ਠੀਕ ਕੀਤਾ ਜਾਵੇ ਸਗੋਂ ਅੱਗੇ ਜਿਹੜਾ ਖੋਜ ਦੇ ਸਬੰਧ ਵਿੱਚ ਵੀ ਹੋਰ ਪੈਸਾ ਦਿੱਤਾਏ ਪੀਜੂ ਤੁਹਾਡੇ ਪੀਜੂ ਕੋਲੇ ਖੋਜ ਲਈ ਕੋਈ ਪੈਸਾ ਨਹੀਂ ਹੈਗਾ ਜਿਹੜਾ ਕਿ ਖੇਤੀ ਦਾ ਵਿਕਾਸ ਦਾ ਤੌਰ ਹੈ ਸੋ ਮੈਨੂੰ ਮੈਨੂੰ ਲੱਗਦਾ ਕਿ ਸਾਰਾ ਕੁਝ ਜਿਹੜਾ ਇਹ ਮਤਲਬ ਕਿ ਸਾਨੂੰ ਯੂਨੀਵਰਸਟੀਆਂ ਹੋਰ-ਹੋਰ ਖੋਲ੍ਹਣ ਦੀ ਬਜਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਭ ਲੈਣਾ ਚਾਹੀਦਾ ਬਿਲਕੁਲ ਮੈਂ ਕਹਿੰਦਾ ਕਿ ਯੂਨੀਵਰਸਟੀਆਂ ਜਿਹੜੀਆਂ ਹੋਰ ਕੋ ਜੇ ਲੋੜ ਆ ਤਾਂ ਖੋਲੋ ਪਿਛਲੇ ਕੈਪਟਨ ਸਰਕਾਰ ਵੇਲੇ ਜਿਹੜੀਆਂ ਯੂਨੀਵਰਸਿਟੀਆਂ ਖੁੱਲੀਆਂ ਨੇ ਉਹਨਾਂ ਦੀ ਲੋੜ ਨਹੀਂ ਸੀ ਤੁਹਾਡਾ ਜਿਹੜਾ ਓਪਨ ਯੂਨੀਵਰਸਿਟੀ ਹੈ ਤੁਹਾਡੇ ਹਰ ਤਿੰਨ ਜਿਹੜੀਆਂ ਯੂਨੀਵਰਸਟੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਹੈ ਪੰਜਾਬੀ ਇਹਨਾਂ ਦੇ ਓਪਨ ਡਿਸਟੈਂਸ ਐਜੂਕੇਸ਼ਨ ਦੇ ਡਿਪਾਰਟਮੈਂਟ ਬਹੁਤ ਸਟਰੋਂਗ ਹੈ ਕੋਈ ਲੋੜ ਨਹੀਂ ਸੀ ਓਪਨ ਯੂਨੀਵਰਸਿਟੀ ਖੋਲਣ ਦੀ ਕੋਈ ਲੋੜ ਨਹੀਂ ਸੀ ਤੋਂ ਇਸ ਸਪੋਰਟਸ ਯੂਨੀਵਰਸਿਟੀ ਵੱਖਰੀ ਖੋਲੋ ਪਟਿਆਲੇ ਚ ਤੁਹਾਡੇ ਕੋਲ ਯੂਨੀਵਰਸਿਟੀਆਂ ਚ ਸਪੋਰਟਸ ਵਿੰਗ ਬਹੁਤ ਤਕੜੇ ਨੇ ਕਾਲਜਾਂ ਚ ਸਪੋਰਟਸ ਵਿੰ ਬਹੁਤੋ ਪਏ ਐਨਆਈਐਸ ਪਟਿਆਲੇ ਆ ਤੁਹਾਡੇ ਕੋ ਫਿਜ਼ੀਕਲ ਕਾਲਜ ਆ ਭਾਈ ਇਕੁਏਸ਼ਨ ਇਹਨਾਂ ਨੂੰ ਸਟਰੈਂਥਨ ਕਰੋ ਠੀਕ ਹੈ ਨਾ ਹੁਣ ਤੁਸੀਂ ਉਹ ਉੱਥੇ ਕੋਲ ਦਿੱਤਾ ਤਰਨਤਾਰ ਨੇ ਇੱਕ ਲਾ ਯੂਨੀਵਰਸਿਟੀ ਉਹ ਲਾ ਯੂਨੀਵਰਸਿਟੀ ਦਾ ਫਾਇਦਾ ਕੀ ਤੁਹਾਡੇ ਕੋ ਅੱਗੇ ਤਾਂ ਸਟੂਡੈਂਟ ਤਾਂ ਤੁਹਾਨੂੰ ਮਿਲਦੇ ਨਹੀਂ ਹੈਨਾ ਕਿ ਨਾਲੇ ਯੂਨੀਵਰਸਟੀਆਂ ਖੋਲਣ ਲਈ ਤੁਹਾਨੂੰ 500000 ਕਰੋੜ ਰੁਪਏ ਚਾਹੀਦਾ 10 ਕਰੋੜ ਨਾਲ ਯੂਨੀਵਰਸਟੀਆਂ ਨਹੀਂ ਖੁੱਲਦੀਆਂ ਇਹ ਤਾਂ ਐਵੇਂ ਮਖੌਲ ਕਰਨ ਵਾਲੀ ਗੱਲ ਹੈ ਮੈਂ ਕਹਿੰਦਾ ਕਿ ਪੈਸੇ ਪੈਸੇ ਲਈ ਇਹ ਮਥਾਜ ਨਾ ਕਰੋ ਹੁਣ ਤੁਹਾਡੇ ਕੋਲ ਇਸ ਵੇਲੇ ਓਪਨ ਯੂਨੀਵਰਸਿਟੀ ਦਾ ਕੋਈ ਕੈਂਪਸ ਨਹੀਂ ਹੈ ਮੈਨੂੰ ਲੱਗਦਾ ਸਪੋਰਟਸ ਯੂਨੀਵਰਸਿਟੀ ਦਾ ਕੋਈ ਕੈਂਪਸ ਹੈ ਇਹ ਥੋੜਾ ਬਤਾਓ ਕਿੱਥੇ ਫਿਰਦਾ ਹੈ ਹਾਂ ਸੋ ਇਹ ਇਹ ਜਿਹੜਾ ਸਿਲਸਿਲਾ ਹੈ ਇਸ ਤਰ੍ਹਾਂ ਨਾ ਨਾ ਕਰੋ ਕਿ ਤੁਸੀਂ ਆਪਣੇ ਤੁਹਾਡਾ ਪਰਪਸ ਯੂਨੀਵਰਸਟੀਆਂ ਖੋਲਣਾ ਹੈ ਜਾਂ ਤੁਹਾਡਾ ਪਰਪਸ ਹਿਊਮਨ ਕੈਪੀਟਲ ਨੂੰ ਅਨਪਾਵਰ ਕਰਨਾ ਹੈ